अज का ब्लॉग शुरू कर दें। गैरी भाजी अपने नाल ने, गैरी वीर जी। मन किते ना टिकदा जी, अब मैं पा दा के सानू ब्लॉग च गैरी ऐसा जो ब्लॉग चलने। अच्छा फिर मर्च गैरी साहब कल नू साडे नाल काम ते जा रहे, तुहानू किवें लग रहा है? किस्मत हुण जे कोई आखे मैं फलाने दा तैयार छड्या सी, उहनूं इन्नी दिन तनखाह मिल गई 1200-1400 महीने दा, ते मैनूं तां मिली नहीं। पर खेता च वधिया पै जांदे यार पैसे, डिपेंड करदा तुसीं किवें दे बंदे नाल काम करदे हो, किन्ना पैसा मिल रहा की सब, हर चीज तुहाडे ते डिपेंड है, तुहाडे काम ते डिपेंड है। ते चल फिर कोई गल नहीं, झूठ बोल देना हम जो मैं काम नहीं है, आने के किसी काम मिल जाएगा तभी झूठ बोल दे। इस करके हर चीज अपनी किस्मत डिपेंड, क्यों पन्नू साहब सनी साहब यार आड़ा दिता ना इन्हें मैनू आड़ा, लेडीज लुक च थोड़ा जा जोकर वेला कुड़िया वर्गा जोकर है कोफते हैं अचारी फ्लेवर दे, सारे गैरी ने बीते नहीं पूरे हो गए हम चाह पई हम वेख जी नहीं करता, चाल मूंह कर जी नहीं करता, पलाइया बहुत सैट है अच्छ ਅੱਜ ਦਾ ਵਲੌਗ, ਬਸ ਇੰਨਾ ਕੋਈ 3-4 ਮਿੰਟ ਦਾ, ਕੱਲ ਨੂੰ ਬਣਾਵਾਂਗੇ। ਮੈਂ ਤੇ ਗੈਰੀ ਗੈਰੀ ਨੇ ਲੈ ਲੈਦਾ ਸੱਚ 13 ਪ੍ਰੋ ਆਰਡਰ ਕੀਤਾ, ਲੈਦਾ ਆਰਡਰ ਕੀਤਾ ਗੈਰੀ ਨੇ 13 ਪ੍ਰੋ, ਕਿੰਨੇ ਦਾ ਪਿਆ ਗੈਰੀ ਤੈਨੂੰ? ਤੇ ਔਨ ਰੋਡ ਪ੍ਰਾਈਸ ਪਈ ਗਿਆ ਇਹ 1300 ਚ ਪੈ ਗਿਆ, 1300 ਯੂਰੋ ਚ, ਤੇ 256 GB 256 GB ਆਈਫੋਨ 13 ਕਿਹੜਾ ਕਲਰ ਨਵਾਂ ਐਡ ਆ ਉਹ ਇਰਨਾਲ ਦਾ? ਨਹੀਂ ਕਿਹੜਾ ਬਲੈਕ ਹੀ ਮਿਲਿਆ, ਉਹ ਮਿਲਦਾ ਅਗਲੇ ਮਹੀਨੇ ਜਿਹੜਾ ਹੈ ਨਾ ਗ੍ਰਾਫੀਤੋ ਜਿਹੜਾ ਕਲਰ ਇਹਨੂੰ ਮਿਲਿਆ ਫਿਰ ਉਹੀ 1300 ਚ ਪੈ ਗਿਆ, 1300 ਚ ਪਿਆ 256 GB। ਅੱਜ ਬਿਨਾਂ ਐਡਿਟ ਕੀਤੇ ਚੱਲਣਾ ਵਲੌਗ ਇਦਾਂ ਹੀ ਲੰਮਾ। ਚੰਗਾ ਫਿਰ, ਲਵ ਯੂ ਆਲ। ਕਿਹੜੀ ਚਿਪ ਨਹੀਂ ਮਿਲ ਰਹੀ? ਚਾਈਨ ਜਿਹੜੀ ਮਿਕਰੋ ਚਿਪਸ ਹੈ ਗੱਡੀਆਂ ਦੀ ਪਾਉਂਦੇ ਨਾ ਹੁਣ ਜੀਪੀਐਸ ਵਾਲੀ, ਓਕੇ ਹੁਣ ਉਹ ਬਿੱਦਰ ਹੋ ਗਿਆ। ਫਿਰ ਰਿੱਕੀ ਨੇ ਨਵੀਂ ਖਲਾਸੇ ਕਰਤਾ ਵੀ ਐਲਨ ਮਸਕ ਨੇ ਚਿਪ ਬਣਾਉਣੀ ਬੰਦ ਕਰਤੀ ਹੈ, ਐਲਨ ਮਸਕ ਵੀ ਫੋਨ ਕੱਢਣ ਦੇ ਆ ਕਨਵਾ ਸਟਾਰਲਿੰਕ ਨਾਲ ਕਨੈਕਟ ਹੋ ਗਿਆ, ਨੈਟ ਜਿੰਨਾ ਮਰਜ਼ੀ ਫੂਕੋ ਕਹਿੰਦਾ ਹਨਾ, ਐਲਨ ਮਸਕ ਨੇ ਬੜਾ ਕੁਝ ਕੱਢ ਦੇਣਾ, ਤੇ ਇੱਥੋਂ ਦੇ ਐਲਨ ਮਸਕ ਅਸੀਂ ਹੋਈਆਂ ਭਾਵ ਵਾ ਛੱਲਾਂ ਵਾ ਪੈਂਦੀਆਂ ਦੱਸਦੀਆਂ ਪਈਆਂ ਨੇ। ਆਹ ਤੁਹਾਨੂੰ ਗੈਰੀ ਵਾਹਨ ਇਹ ਕੰਮ ਵਾਲੇ ਹਾਲਾਤ ਨੇ ਗੈਰੀ, ਇਹ ਕੀ ਕਰਨੇ ਹੈ ਤੈਨੂੰ? ਮੈਂ ਕੈਮਰੇ ਦੀ ਨਿਗਰਾਨੀ 'ਚ ਫੜ ਲਿਆ ਅੱਜ, ਕੱਲ੍ਹ ਕੰਮ ਐਵੇਂ ਨਹੀਂ ਕਰਨਾ, ਫੋਨ ਨਹੀਂ ਕੱਢਣ ਦੇਣਾ ਮੈਨੂੰ ਕੱਲ੍ਹ ਉੱਥੇ ਕੰਮ 'ਤੇ, ਤੈਨੂੰ ਪਤਾ ਉਸਨੇ ਇੰਚਾਰਜ ਮੈਂ ਹਾਂ। ਇੱਥੇ ਵੇਖ, ਤੂੰ ਕਿੱਥੇ ਵੇਖਣੇ ਆ? ਐਂ ਲੱਗਦਾ ਜਿਵੇਂ ਇੱਥੇ ਵੇਖਣ ਦੇ, ਤੈਨੂੰ ਪਤਾ ਇੱਥੇ ਵੇਖ ਥੱਲੇ ਵੇਖੀ ਥੋੜ੍ਹਾ ਜਿਹਾ, ਥੋੜ੍ਹਾ ਥੱਲੇ ਵੇਖ, ਇੱਥੇ ਵੇਖ ਜੀ ਕੈਮਰੇ 'ਤੇ, ਇੱਥੇ ਵੇਖ, ਹਾਂ ਹੁਣ ਵੇਖਿਆ ਕੈਮਰੇ 'ਚ ਵੇਖ ਲੈਂਦਾ, ਐਂ ਲੱਗਦਾ ਬੜਾ ਉੱਚਾ ਵੇਖਣ ਦੇ। ਵਿੱਕੀ ਕੋਲ ਇੱਥੇ ਬੱਸਾਂ ਆਉਂਦੀਆਂ ਨੇ 3-4 ਐਤਵਾਰ ਨੂੰ, ਅਤੇ ਆਹ ਬੂਫੇ ਲਿਬਰੇ ਆ, ਲੋਕ ਇੱਥੇ ਆ ਕੇ ਰੋਟੀ ਰੋਟੀ ਖਾਂਦੇ ਨੇ, 80-90 ਲੋਕ ਆਉਂਦੇ ਨੇ ਜਿਵੇਂ 80 ਲੋਕ, ਅਤੇ ਫਿਰ ਉਸ ਹਿਸਾਬ ਨਾਲ ਕੰਮ ਕੁੰਮ ਹੋ ਜਾਂਦਾ ਇਹਦਾ। ਇੱਥੇ ਮੇਰੇ ਏਰੀਏ 'ਚ ਬੱਸਾਂ ਬੁੱਸਾਂ ਨਹੀਂ ਆਉਂਦੀਆਂ, ਇਸ ਕਰਕੇ ਮੈਂ ਸ਼ੋਪ ਨਹੀਂ ਖੋਲਦਾ ਪਿਆ, ਮੈਂ ਜਾਂਦਾ ਪਿਆ ਉਹੀ ਕਾਕੀ ਵਾਲੀ ਅਲਮਾ ਸਿੰਘ ਜਿੱਥੇ ਗੈਰੀ ਨੂੰ ਲੈ ਕੇ ਜਾਣਾ ਨਾਲ, ਅਤੇ ਬਸ ਐਵੇਂ ਹੀ ਆਪਣਾ ਟਾਈਮ ਪਾਸ। ਇੱਥੇ ਵੀਰ ਕੋਲ ਮੈਂ ਰੌਣਕ ਲੱਗੀ ਰਹਿੰਦੀ, ਦਿਲ ਲੱਗਾ ਰਹਿੰਦਾ, ਇੱਥੇ ਆਣ ਕੇ ਗੱਲਾਂ ਬਾਤਾਂ ਮਾਰੀ ਦੀਆਂ ਨੇ। ਅੱਜ ਵੀਰਾ ਰੋਟੀ ਲੈ ਕੇ ਆਇਆ ਸੀ, ਬਹੁਤ ਸਵਾਦ ਸੀ ਰੋਟੀ ਤੇਰੀ, ਛੱਡੀ ਕੱਖ ਨਹੀਂ, ਛੱਡਿਆ ਕੱਖ ਨਹੀਂ, ਚੱਕ ਫਟੇ ਦਿੱਤੇ ਨਹੀਂ, ਚਿੰਤਾ ਆਈ ਤਾਂ ਬੜੀ ਏ, ਅੱਜ ਐਤਵਾਰ ਏ ਅਤੇ ਪਰ ਲਿਆ ਲਿਓ ਇਹਨਾਂ ਨੇ ਕੱਖ ਨਹੀਂ। ਅਤੇ ਬਸ ਮਿਲਦੇ ਰਹਾਂਗੇ ਸਭ ਨੂੰ ਇੱਦਾਂ ਹੀ, ਨਵੇਂ ਨਵੇਂ ਵਲੌਗ ਲੈ ਕੇ, ਨਵੀਂ ਨਵੀਂ ਗੱਲਾਂ, ਨਵੀਂ ਨਵੀਂ ਬਾਤਾਂ, ਦੇਸੀ ਗੱਲਾਂ, ਦੇਸੀਆਂ ਬਾਤਾਂ। ਉਹ ਮੈਂ ਰਿੱਕੀ, ਮੇਰੇ ਨੂੰ ਪਤਾ ਕਿਸੇ ਨਾਲ ਗੱਲ ਕਰਾਂ, ਰਿੱਕੀਆਂ ਦਾ ਵਲੌਗ ਬਣਾਉਂਦਾ ਪਤਾ, ਕਿਹਨੂੰ ਬਣਾਉਂਦੇ ਆ ਗੱਲ ਤਾਂ ਫਿਰ ਇੱਕ ਹੀ ਕੈਮਰਾ, ਤੂੰ ਵੀ ਗੱਲ ਹੀ ਪਤਾ ਕੈਮਰਾ ਮੇਰੇ ਕੋਲ, ਪ੍ਰਭ ਛੇਤੀ ਆ ਤੈਨੂੰ ਵਲੌਗ 'ਚ ਲੈਣਾ। ਪ੍ਰਭ ਆਪਣਾ ਪੱਕਾ ਹੋ ਗਿਆ? ਪੱਕਾ ਹੋ ਗਿਆ ਪ੍ਰਭ, ਪੱਕਾ ਹੋ ਗਿਆ। ਪਾਰਟੀ ਪੂਰੀ ਕਿੱਥੇ ਆ? ਪਾਰਟੀ ਆ ਕੇ ਦਊਗਾ ਕਿਹਦਾ?
ਇਹਨੇ ਹੋਣਾ ਹੀ ਕੋਈ ਨਹੀਂ ਇੱਥੇ ਰੁਕੀ ਨਹੀਂ ਕੰਮ ਕਰਾਉਂਦੇ ਨੂੰ ਕਹਿੰਦਾ ਨਹੀਂ ਕੰਮ ਕਰਾਉਂਦੇ ਤੇਰੇ ਤੋਂ ਆ ਜਾ ਨਹੀਂ ਕੰਮ ਕਰਾਉਣਾ ਯਾਰ ਤੂੰ ਕਹਿੰਦਾ ਨਹੀਂ ਕੰਮ ਕਰਾਉਣਾ ਕੰਮ ਨਹੀਂ ਕਰਾਉਂਦੇ ਪ੍ਰਭ ਆ ਜਾ ਜੇ ਮੇਰਾ ਵਲੌਗ ਮੇਨਾ ਪਿਆ ਤੇ ਫਿਰ ਮੈਂ ਮਿਲ ਕੇ ਪਾਰਟੀ ਕਰਾਂਗੇ ਪੱਕਾ ਹੋ ਗਿਆ ਪ੍ਰਭ ਤੇ ਓਕੇ ਜੀ।